ਹੈਲੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਪਿਛਲੀ ਵੀਡੀਓ ਦੇ ਵਿੱਚ ਆਪਾਂ ਫਾਜ਼ਿਲਕਾ ਡਿਸਟ੍ਰਿਕਟ ਦੇ ਬਾਰੇ ਗੱਲ ਕੀਤੀ ਸੀ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜੋ ਗੱਲ ਕਰਾਂਗੇ ਉਹ ਫਿਰੋਜ਼ਪੁਰ ਡਿਸਟ੍ਰਿਕਟ ਦੇ ਬਾਰੇ ਗੱਲ ਹੋਏਗੀ ਸੋ ਜੇਕਰ ਤੁਸੀਂ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਹੀ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੇਕਰ ਤੁਸੀਂ ਵੀ ਪੰਜਾਬ ਪੀसीएस ਨੈਬ ਤਹਿਸੀਲਦਾਰ ਜਾਂ ਪੰਜਾਬ ਪਟਵਾਰੀ ਜਾਂ ਆਉਣ ਵਾਲੀਆਂ ਕਿਸੇ ਵੀ ਪੰਜਾਬ ਦੀਆਂ ਵੈਕੈਂਸੀਆਂ ਦੇ ਬਾਰੇ ਤਿਆਰੀ ਕਰ ਰਹੇ ਹੋ ਔਰ ਉਸ ਦੇ ਵਿੱਚ ਪੰਜਾਬ ਜੀਕੇ ਦਾ 파ਰਟ ਜੋ ਹੁੰਦਾ ਹੈ ਉਹ ਬਹੁਤ ਮੋਸਟਲੀ ਇੰਪੋਰਟੈਂਟ ਹੁੰਦਾ ਸੋ ਇਸ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਨਾਲੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇਸ ਵੀਡੀਓ ਦਾ ਵਿੱਚ ਆਪਣਾ ਜੋ ਮੁੱਖ ਚਰਚਾ ਦਾ ਵਿਸ਼ਾ ਹੋਏਗਾ ਉਹ ਫਿਰੋਜ਼ਪੁਰ ਡਿਸਟ੍ਰਿਕਟ ਹੋਏਗੀ ਜਿਵੇਂ ਕਿ ਪਿਛਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਕਿ ਪੰਜਾਬ ਦੀਆਂ 22 ਡਿਸਟ੍ਰਿਕਟ ਨੇ 22 ਜ਼ਿਲ੍ਹੇ ਨੇ ਜੋ ਨਵੇਂ ਬਣੇ ਜ਼ਿਲ੍ਹੇ ਆ ਉਹ ਪਠਾਨਕੋਟ ਆ ਔਰ ਇੱਕ ਫਾਜ਼ਿਲਕਾ ਜੋ ਫਿਰੋਜ਼ਪੁਰ ਦੇ ਵਿੱਚੋਂ ਬਣਿਆ ਤੇ ਪਠਾਨਕੋਟ ਗੁਰਦਾਸਪੁਰ ਦੇ ਵਿੱਚੋਂ ਬਣਿਆ ਇਹ ਦੋਵੇਂ ਇੱਕੋ ਸੰਨ 2011 ਦੇ ਵਿੱਚ ਬਣੇ ਆ ਸੋ ਜੋ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਉਹ ਫਿਰੋਜ਼ਪੁਰ ਡਿਸਟ੍ਰਿਕਟ ਨੂੰ ਲੈ ਕੇ ਕਰਾਂਗੇ ਇੱਕ ਵਾਰੀ ਮੈਂ ਏਪ ਦੇਖਦੇ ਹਾਂ ਕਿ ਫਿਰੋਜ਼ਪੁਰ ਪਹਿਲਾਂ ਕਿਵੇਂ ਸੀ ਜਦੋਂ ਫਾਜ਼ਿਲਕਾ ਜ਼ਿਲ੍ਹਾ ਨਹੀਂ ਸੀ ਜਿਵੇਂ ਕਿ ਤੁਸੀਂ ਮੈਪ ਦੇ ਵਿੱਚ ਦੇਖ ਸਕਦੇ ਹੋ ਆ ਫਿਰੋਜ਼ਪੁਰ ਦਾ ਏਰੀਆ ਜੋ ਫਾਜ਼ਿਲਕਾ ਜ਼ਿਲ੍ਹੇ ਤੋਂ ਪਹਿਲਾਂ ਸੀ ਇਸ ਦੇ ਪੱਛਮੀ ਹਿੱਸੇ ਦੇ ਵਿੱਚ ਪਾਕਿਸਤਾਨ ਸੀ ਔਰ ਇਸ ਦੇ ਉੱਤਰ ਦੇ ਵਿੱਚ ਅੰਮ੍ਰਿਤਸਰ ਕਪੂਰਥਲਾ ਤੇ ਕੁਝ ਹਿੱਸਾ ਜਲੰਧਰ ਦਾ ਵੀ ਆ ਜਾਂਦਾ ਔਰ ਦੱਖਣ ਦੇ ਵਿੱਚ ਰਾਜਸਥਾਨ ਸੀ ਔਰ ਪੂਰਬ ਦੇ ਵਿੱਚ ਮੋਗਾ ਫਰੀਦਕੋਟ ਮੁਕਸਰ ਜੋ ਆ ਇਹ ਹੱਦਾ ਦੇ ਨਾਲ ਮਿਲਦੇ ਸੀ ਸੋ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਜੋ ਹੈ ਉੱਤਰ ਦੇ ਵਿੱਚ ਪੰਜਾਬ ਦੇ ਜੰਮੂ ਕਸ਼ਮੀਰ ਹੈ ਔਰ ਉੱਤਰ ਪੂਰਬ ਦੇ ਵਿੱਚ ਹਿਮਾਚਲ ਪ੍ਰਦੇਸ਼ ਆ ਔਰ ਰਾਜਸਥਾਨ ਤੇ ਹਰਿਆਣਾ ਜੋ ਆ ਦੱਖਣ ਦੇ ਵਿੱਚ ਨੇ ਤੇ ਪਾਕਿਸਤਾਨ ਜੋ ਹੈ ਪੱਛਮ ਦੇ ਵਿੱਚ ਹੈ ਮੇਨਲੀ ਆਪਾਂ ਫਰੋਜਪੁਰ ਦੇ ਬਾਰੇ ਗੱਲ ਕਰ ਰਹੇ ਹਾਂ ਸੋ ਫਰੋਜਪੁਰ ਦੇ ਬਾਰੇ ਦੇਖਦੇ ਹਾਂ ਕਿ ਫਿਰੋਜ਼ਪੁਰ ਦੇ ਬਾਰੇ ਕੀ ਕੀ ਤੱਥ ਨੇ ਜਾਂ ਫੈਕਟ ਨੇ ਸੋ ਫਿਰੋਜ਼ਪੁਰ ਜ਼ਿਲ੍ਹਾ ਹੈ ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚੋਂ ਇੱਕ ਜ਼ਿਲ੍ਹਾ ਹੈ ਸੋ ਫਿਰੋਜ਼ਪੁਰ ਜੋ ਹੈ ਇੱਕ ਸਰਹੱਦੀ ਜ਼ਿਲ੍ਹਾ ਹੈ ਜਿਵੇਂ ਕਿ ਮੈਪ ਦੇ ਵਿੱਚ ਆਪਾਂ ਦੇਖਿਆ ਸੀ ਕਿ ਫਿਰੋਜ਼ਪੁਰ ਦੀ ਇੱਕ ਹੱਦ ਜੋ ਹੈ ਇੱਕ ਸੀਮਾ ਜੋ ਹੈ ਇੱਕ ਬਾਰਡਰ ਜੋ ਹੈ ਉਹ ਪਾਕਿਸਤਾਨ ਦੇ ਨਾਲ ਲੱਗਦਾ ਹੈ ਪੰਜਾਬ ਦੇ ਜੋ ਵਿਚ ਇਸ ਦੀ ਸਥਿਤੀ ਜੋ ਹੈ ਉਹ ਉੱਤਰ ਪੱਛਮ ਦੇ ਵਿੱਚ ਹੈ ਜੇਕਰ ਆਪਾਂ ਮੈਪ ਦੇਖੀਏ ਤਾਂ ਆ ਉੱਤਰ ਏਰੀਆ ਹੈ ਆ ਪੱਛਮ ਏਰੀਆ ਹੈ ਤਾਂ ਫਰੋਜਪੁਰ ਜੋ ਹੈ ਇੱਥੇ ਹੈ ਉੱਤਰ ਪੱਛਮ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਇਸ ਦੀ ਸਥਿਤੀ ਹੈ ਜੇਕਰ ਫਰੋਜਪੁਰ ਦੇ ਖੇਤਰਫਲ ਦੀ ਗੱਲ ਕਰੀਏ ਉਹ ਹੈ 5305 ਵਰਗ ਕਿਲੋਮੀਟਰ ਜ ਇਹ ਹੋਣ ਦਾ ਖੇਤਰਫਲ ਹੈ ਕਿਉਂਕਿ ਫਾਜ਼ਲਕਾ ਜੋ ਹੈ ਉਹ ਲੱਗ ਹੋਇਆ ਸੀ ਜਦੋਂ ਫਾਇਲ ਕਾ ਤੋਂ ਪਹਿਲਾਂ ਦਾ ਜੋ ਇਸ ਦਾ ਖੇਤਰਫਲ ਸੀ ਉਹ 11000 142 ਵਰਗ ਕਿਲੋਮੀਟਰ ਸੀ ਇਸ ਦੇ ਵਿੱਚ 10 ਦਰਵਾਜੇ ਨੇ ਜਿਨ੍ਹਾਂ ਦੇ ਨਾਮ ਦਿੱਤੇ ਹੋਏ ਆ ਅੰਮ੍ਰਿਤਸਰੀ ਦਰਵਾਜਾ ਵਾਂਸੀ ਦਰਵਾਜਾ ਮੱਖੂ ਦਰਵਾਜਾ ਜੀਰਾ ਦਰਵਾਜਾ ਬਗਦਾਦੀ ਦਰਵਾਜਾ ਮੋਰੀ ਦਰਵਾਜਾ ਦਿੱਲੀ ਦਰਵਾਜਾ ਮਗਜ਼ਾਨੀ ਦਰਵਾਜਾ ਮੁਲਤਾਨੀ ਦਰਵਾਜਾ ਕਸੂਰੀ ਦਰਵਾਜਾ ਫਰੋਇਪੁਰ ਨੂੰ ਸ਼ਹੀਦਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਇਹ ਮੋਸਟ ਇੰਪੋਰਟੈਂਟ ਪੁਆਇੰਟ ਹੈ ਕਈ ਵਾਰੀ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਕਿ ਸ਼ਹੀਦਾਂ ਦੀ ਧਰਤੀ ਕਿਸ ਜ਼ਿਲ੍ਹੇ ਨੂੰ ਕਿਹਾ ਜਾਂਦਾ ਹੈ ਉਹ ਫਰੋਜਪੁਰ ਨੂੰ ਕਿਹਾ ਜਾਂਦਾ ਹੈ ਤੇ ਜੇਕਰ ਆਪਾਂ ਫਰੋਜਪੁਰ ਦੇ ਨਾਂ ਦੀ ਗੱਲ ਕਰੀਏ ਕਿਸ ਨਾਂ ਦੇ ਉੱਤੇ ਪਿਆ ਹੈ ਇਸ ਨਾਮ ਦਾ ਆਧਾਰ ਕੀ ਹੈ ਤਾਂ ਫਰੋਜਪੁਰ ਜੋ ਹੈ ਫਰੋਜ शाह ਤੁਗਲਕ ਨੇ ਬਣਾਇਆ ਸੀ ਇਸ ਨੂੰ ਇਸ ਸ਼ਹਿਰ ਨੂੰ ਵਸਾਇਆ ਸੀ ਤੇ ਇਸ ਲਈ ਇਸ ਦਾ ਨਾਂ ਫਰੋਜਪੁਰ ਜੋ ਪਿਆ ਹੈ ਉਹ ਫਰੋਜ ਸ਼ਾਹ ਤੁਗਲਕ ਦੇ ਕਰਕੇ ਹੀ ਪਿਆ ਹੈ ਜੇਕਰ ਆਪਾਂ ਸੈਂਸਸ ਦੀ ਗੱਲ ਕਰੀਏ ਇਸ ਦੀ ਆਬਾਦੀ ਦੀ ਗੱਲ ਕਰੀਏ 2011 ਦੇ ਵਿੱਚ ਜੋ ਸੈਂਸਸ ਆਇਆ ਸੀ ਉਸ ਦੇ ਵਿੱਚ ਜੋ ਇਸ ਦੀ ਪੋਪੂਲੇਸ਼ਨ ਸੀ ਉਹ 2 ਲੱਖ 2974 ਸੀ ਕਿਉਂਕਿ ਉਦੋਂ ਜੋ ਹੈ 2011 ਦੇ ਵਿੱਚ ਅਜੇ ਡਿਵਾਈਡ ਨਹੀਂ ਹੋਇਆ ਸੀ ਜਦੋਂ ਇਹ ਸੈਂਸਸ ਜੋ ਹੈ 2011 ਵਾਲਾ ਆਇਆ ਸੀ ਪੋਪੂਲੇਸ਼ਨ ਜੋ ਹੈ ਇਸ ਦੀ 2 ਲੱਖ ਦੇ ਕਰੀਬ ਹੈ 230 ਆਰ 29000 ਤੁਸੀਂ ਅਪਰੋਕਸ ਲਗਾ ਸਕਦੇ ਹੋ ਇਸ ਦਾ ਲਿਟਰੇਸੀ ਰੇਟ ਜੋ ਹੈ 69.80% ਹੈ ਔਰ ਪੋਪੂਲੇਸ਼ਨ ਡੈਂਸਿਟੀ ਜੋ ਹੈ ਉਹ 380 ਪਰ ਸਕੁਅਰ ਕਿਲੋਮੀਟਰ ਹੈ ਜਿਵੇਂ ਇੱਕ ਵਰਗ ਹੈ ਇਸ ਤਰ੍ਹਾਂ ਇਸ ਏਰੀਏ ਦੇ ਵਿੱਚ 380 ਲੋਕ ਰਹਿੰਦੇ ਆ ਪਰ ਸਕੁਅਰ ਕਿਲੋਮੀਟਰ ਦੇ ਵਿੱਚ 1 ਕਿਲੋਮੀਟਰ ਇੱਧਰ ਨੂੰ 1 ਕਿਲੋਮੀਟਰ ਇੱਧਰ ਨੂੰ 1 ਕਿਲੋਮੀਟਰ ਇੱਧਰ ਨੂੰ ਔਰ 1 ਕਿਲੋਮੀਟਰ ਇੱਧਰ ਨੂੰ ਇਸ ਨੂੰ ਕਹਿੰਦੇ ਆ 1 ਸਕੁਅਰ ਕਿਲੋਮੀਟਰ ਸੋ ਇਸ ਦੀ ਪੋਪੂਲੇਸ਼ਨ ਡੈਂਸਿਟੀ ਜੋ ਹੈ 380 ਕਿਲੋਮੀਟਰ ਪਰ ਸਕੁਅਰ ਹੈ ਜੋ ਇਸ ਦਾ ਲਿੰਗ ਅਨੁਪਾਤ ਸੈਕਸ ਰੇਸ਼ਿਓ ਹੈ ਉਹ 893 ਫੀਮੇਲਸ ਨੇ 1000 ਮਰਦਾਂ ਦੇ ਪਿੱਛੇ ਜਿਵੇਂ ਕਿ ਆਪਾਂ ਜਾਣਦੀਆਂ ਲਿੰਗ ਅਨੁਪਾਤ ਕੀ ਕਿਸ ਨੂੰ ਕਹਿੰਦੇ ਆ ਲਿੰਗ ਅਨੁਪਾਤ ਕਹਿੰਦੇ ਆ 1000 ਪੁਰਸ਼ਾਂ ਦੇ ਪਿੱਛੇ ਔਰਤਾ ਦੀ ਗਿਣਤੀ ਉਹ 1000 ਪੁਰਸ਼ਾਂ ਦੇ ਪਿੱਛੇ ਔਰਤਾ ਦੀ ਗਿਣਤੀ ਜੋ ਹੈ 893 ਹੈ ਜੇਕਰ ਆਪਾਂ ਫਰੋਜ਼ਪੁਰ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਤਾਂ ਫਰੋਜ਼ਪੁਰ ਨੂੰ ਤਿੰਨ ਤਹਿਸੀਲਾਂ ਦੇ ਵਿੱਚ ਵੰਡਿਆ ਗਿਆ ਹੈ ਫਸਟ ਜੋ ਤਹਿਸੀਲ ਹੈ ਉਹ ਫਰੋਜ਼ਪੋਰੀ ਹੈ ਸੈਕਿੰਡ ਜੀਰਾ ਹੈ ਤੀਸਰੀ ਗੁਰਵਰਸਾਏ ਹੈ ਜੇਕਰ ਆਪਾਂ ਵਿਧਾਨ ਸਭਾ ਸੀਟਸ ਦੀ ਗੱਲ ਕਰੀਏ ਫਰੋਜ਼ਪੁਰ ਦੇ ਵਿੱਚ ਉਹ ਚਾਰ ਸੀਟਸ ਨੇ ਫਸਟ ਫਰੋਜ਼ਪੁਰ ਹੈ ਸੈਕਿੰਡ ਫਰੋਜ਼ਪੁਰ ਰੂਰਲ ਹੈ ਥਰਡ ਗੁਰੂਵਰਸਾ ਹੈ ਫੋਰਥ ਜੀਰਾ ਹੈ ਜਿਵੇਂ ਆਪਾਂ ਤਹਿਸੀਲਾਂ ਦੀ ਗੱਲ ਕਰੀਏ ਤਾਂ ਫਰੋਜ਼ਪੁਰ ਦੇ ਵਿੱਚ ਫਰੋਜ਼ਪੁਰ ਜੀਰਾ ਔਰ ਗੁਰੂਵਰਸਾ ਹੈ ਤਿੰਨ ਤਹਿਸੀਲਾਂ ਤਾਂ ਨਹੀਂ ਓਵੇਂ ਹੀ ਇਹਦੇ ਵਿੱਚ ਵੀ ਫਰੋਜ਼ਪੁਰ ਗੁਰੂਵਰਸਾ ਹੈ ਔਰ ਜੀਰਾ ਜੋ ਹੈ ਇਹ ਆ ਜਾਂਦੇ ਆ ਇੱਕ ਫਰੋਜ਼ਪੁਰ ਰੂਰਲ ਦੀ ਜੋ ਹੈ ਇੱਕ ਸੀਟ ਅਲੱਗ ਤੋਂ ਬਣ ਜਾਂਦੀ ਹੈ ਯਾਨੀ ਕਿ ਇੱਥੋਂ 4 ਐਮਐਲਏ ਜੋ ਹੈ ਪੰਜਾਬ ਦੇ ਚੁਣੇ ਜਾਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਸੋ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਅਗਲੀ ਵੀਡੀਓ ਦੇ ਵਿੱਚ ਆਪਾਂ ਕਿਸੇ ਹੋਰ ਜ਼ਿਲ੍ਹੇ ਬਾਰੇ ਡਿਸਕਸ ਕਰਾਂਗੇ ਉਸ ਦੇ ਬਾਰੇ ਜਾਣਕਾਰੀ ਹਾਸਿਲ ਕਰਾਂਗੇ ਸੋ ਵੀਡੀਓ ਨੂੰ ਲਾਈਕ ਕਰਨਾ ਔਰ ਸ਼ੇਅਰ ਕਰਨਾ ਨਾ ਭੁੱਲਿਓ